ਮੈਂ ਨਾ ਜ਼ਿੰਦਗੀ ਬਾਹਰ ਜਾਣਾ, ਧਮਾਲਾ ਖਾਇਆ ਕਰੂ, ਸ਼ਾਇਦ ਪਾਣੀ ਪੂਰਾ ਕਰਨਾ, ਅਗਰ ਪਾਣੀਆਂ ਗਿਆ ਚਿੰਨੀਆਂ ਲੁੱਟਣਾ, ਹਜ਼ਮ ਕਰਨਾ ਗੋਸ਼ਤ ਲਾਲੇ ਵਾਲੇ। ਹਾਂਜੀ, ਅਸਲਾਮ ਵਾਲੇਕਮ, ਅਮੀਦ ਕਰਾਂ ਸਾਰੇ ਪਿੰਡਾਂ ਭਰਾ ਠੀਕ ਹੋਸ, ਲਸ਼ਕੇ ਹੋਸ, ਖੜਕੇ ਹੋਸ ਔਰ ਲਹਿਰਾਂ ਵਿੱਚ ਹੋਸ। ਮੈਂ ਮਨਸੂਰ ਜੱਟ ਨਾਲ ਇਬਰਾਹਿਮ ਜੱਟ। ਹੋਰ ਠੀਕ ਹੋਸੇ? ਠੀਕ ਹੈ, ਅੱਲਾਹ ਪਾਕ ਦਾ ਸ਼ੁਕਰ। ਤਾਂ ਬਾਕੀ ਅੱਜ ਗਰਮੀ ਬੜੀ ਸੀ, ਬਹੁਤ ਸਖਤ ਗਰਮੀ ਸੀ। ਤਾਂ ਉਸ ਸਿਲਸਿਲੇ ਜਨਾਬ ਇਬਰਾਹਿਮ ਜੱਟ ਸਾਹਿਬ, ਅੱਜ ਕਿਆ ਅਸਾਂ ਖਾਸਾਂ ਕਿਆ ਆਵਾਮ ਕੀ ਦੱਸਾਂ, ਕਿਆ ਖਾਣਾ ਚਾਹੀਦਾ ਗਰਮੀਆਂ 'ਚ? ਤਰਬੂਜ ਜੀ, ਤਰਬੂਜ ਆਪਣੇ ਦਮਾਣਾ ਆਣੇ ਹੋ ਤੱਕਣੀ, ਕਿਆ ਬਣੇ ਹੋ ਦਮਾਣਾ ਖਾਇਆ ਕਰੋ ਨੀ। ਇਹ ਬੰਦੇ ਨੇ ਪਾਣੀ ਪੂਰਾ ਕਰਨਾ, ਬਾਕੀ ਅਸਾਂ ਕੁਤਰਸਾਂ, ਇਸਕੀ ਕਟਸਾਂ, ਪੱਕਿਆ ਕੋਣੀ ਜੀ, ਪੱਕਿਆ। ਅੱਜ ਇਬਰਾਹਿਮ ਜੱਟ ਸਾਹਿਬ ਨਾਲ ਅਸਾਂ ਦਮਾਣਾ ਖਾਸਾਂ ਪਹਿਲੀ ਵਾਰੀ। ਤਾਂ ਆਵਾਮ ਕੀ ਦੱਸ ਰਹੇ ਹਾਂ, ਦਮਾਣੇ ਖਾਇਆ ਕਰੋ ਜ਼ਿਆਦਾ, ਆਵਾਮ ਦਮਾਣੇ ਜ਼ਿਆਦਾ ਖਾਣੀ ਹੈ, ਦਮਾਣੇ ਜਲਦੀ ਖੋ, ਅੱਗੇ ਅਸੀਂ ਕੁਰਬਾਨੀਆਂ ਦਮਾਣੇ ਖਾਧੇ ਉਸ ਨੇ ਤਾਂ ਕੁਰਬਾਨੀਆਂ ਗੋਸ਼ਤ ਆਜ਼ਮ ਹੋ ਸਕਣ, ਇਹ ਗੱਲ ਹੈ ਨਾ। ਹੁਣ ਅਸਾਂ ਇਸਕੀ ਜਨਾਬ ਕੱਟਣੇ ਆ, ਇਸਕੀ ਤੱਕਣੇ ਆ, ਪੱਕਾ ਹੋ ਸੀ ਕੱਚਾ ਹੋ ਸੀ, ਪੱਕੀ ਗੱਲ ਹੈ। ਇਬਰਾਹਿਮ ਜੱਟ ਨਾ ਇਹ ਬਾਣਾ ਕਿ ਦਮਾਣਾ ਪੱਕਿਆ ਹੋ ਸੀ, ਅਗਰ ਸੂਆ ਨਾ ਹੋਇਆ ਤਾਂ ਫਿਰ ਇਹ ਕੁੱਥੋਂ ਦੱਸ ਨੇ ਜਿਹੜੇ ਇੱਥੋਂ ਤਾਈ ਮ੍ਰਿਧੂ ਕੋਲੋਂ ਤੱਕਣਿਆ, ਤਾਈ ਮ੍ਰਿਧੂ ਦਮਾਣਾ ਜਨਾਬ ਕੈਸਾ ਆ ਤੱਕਣਿਆ, ਹੁਣ ਜਨਾਬ ਲਾਣੇ ਆ ਟੁਕਸਾਂ। ਇਹ ਤੱਕੋ ਜੀ, ਵਨ ਬੁਰਗਨੋ, ਵਨ ਟੂ ਥ੍ਰੀ ਗੋ। ਇਹ ਤੱਕੋ ਜੀ, ਹੁਣ ਦਮਾਣਾ ਅਸਾਂ ਜਨਾਬ ਦੱਸਣੇ ਆ, ਤੁਸੀਂ ਕੀ ਪੱਕਿਆ ਪੱਕਿਆ ਤੱਕਣਿਆ, ਇਹ ਤੱਕ ਲਈ ਰਹੇ ਹਾਂ, ਅੱਲਾ ਹੈਰ ਕਰਿਆ ਪਏ ਪੱਕੇ ਆ ਜਾਂ ਕੀ ਜਾਇਆ, ਹੁਣ ਤੱਕਣੇ ਆ। ਤਾਂ ਬਾਕੀ ਕਿਆ ਨਾਜ਼ਰੀ ਬਣੇ ਹੋ, ਬਹੁਤ ਨਾਜ਼ਰੀ ਕੀ? ਮੈਂ ਨਾਜ਼ਰੀ ਕੀ ਬਾਹਰ ਜਾਣਾ, ਧਮਾਲਾ ਖਾਇਆ ਕਰੂ, ਸ਼ਾਇਦ ਪਾਣੀ ਪੂਰਾ ਕਰਨਾ ਆ, ਕਰਵਾਣੀ ਹੈਗੀ, ਕਰਵਾਣੀਆਂ ਗਿਆ ਚਿੰਨੀਆਂ ਲੁੱਟਣਾ, ਹਜ਼ਮ ਕਰਨਾ ਗੋਸ਼ਤ ਕਰਵਾਣੀ। ਇਹ ਡਿੰਗਾ ਨਹੀਂ ਕੱਪਣ ਗਿਆ, ਪੱਕੇ ਆ ਜਨਾਬ। ਨਾਜ਼ਰੀ ਕਿਆ ਨੇ ਉਹ, ਇਹ ਗਿਆ ਨੇ, ਓਏ ਹੋਏ, ਇਹ ਡਿੰਗਾ ਨਹੀਂ ਕੱਪਣ ਗਿਆ। ਵਨ ਟੂ ਥ੍ਰੀ ਗੋ। ਲਾਲੇ ਵਾਲੇ। ਹਾਂ ਨਾਜ਼ਰੀਨ ਤੱਕੋ ਜੀ, ਇਬਰਾਹਿਮ ਸਾਹਿਬ ਤੁਹਾਨੂੰ ਦਮਾਣਾ ਤੱਕਿਆ ਕੋਈ, ਨਾਜ਼ਰੀਨ ਤੱਕ ਰਿਹਾ ਦਮਾਣਾ, ਸੂਆ ਚਿੱਟਾ ਕਿਹੜਾ? ਸੂਆ, ਪੱਕੀ ਗੱਲ ਹੈ, ਤੁਸਾਂ ਨਾਜ਼ਰੀਨ ਕਿਆ ਬਣੇ ਹੋ? ਇਹ ਤੱਕੋ ਜੀ, ਦਮਾਣਾ ਸੂਆ ਕੁੱਟ। ਤਾਂ ਰਿਕੁਐਸਟ ਇਹ ਕਰਨੇ, ਗਰਮੀ 'ਚ ਖਾਇਆ ਕਰੋ ਦਮਾਣੇ, ਜੂਸ ਪੀਆ ਕਰੋ, ਕਿਉਂਕਿ ਗਰਮੀ 'ਚ ਪਾਣੀ ਪੂਰਾ ਕਰ ਸੀ ਤਾਂ ਕੁਰਬਾਨੀਆਂ ਗੋਸ਼ਤ ਕਿਆ ਆਜ਼ਮ ਹੋ ਸਕਣ। ਬਾਕੀ ਤੱਕੋ ਜੀ, ਮਾਸ਼ਾਅੱਲਾ ਲਾਲੇ ਵਾਲੇ, ਮਾਸ਼ਾਅੱਲਾ ਕੋਈ ਦਮਾਣਾ ਖੂਬਸੂਰਤ ਨਿਕਲਿਆ, ਇੰਤਹਾਈ ਖੂਬਸੂਰਤ ਦਮਾਣਾ ਨਿਕਲਿਆ। ਅਸਾਂ ਜਨਾਬ ਕਟਸਾਂ, ਫਿਰ ਮੁੜੀ ਸੀ ਖਾਸਾਂ ਲੂਣ ਬਾਸਾਂ, ਹੁਣ ਅਸਾਂ ਜਨਾਬ ਇਸਕੀ ਅਸਾਂ ਕੱਪਣੇ ਆ। ਇਬਰਾਹਿਮ ਸਾਹਿਬ ਇਸੀ ਚੱਖੋ, ਪਹਿਲੇ ਸਾਥ ਦੋ ਟਕਰੇ ਨਾ, ਇਹ ਟਕਰਾ ਟਰੇ ਆ ਭੀਏ ਇੱਥੇ, ਤਾਂ ਇੱਕ ਟਕਰੇ ਲਾਉਣੇ ਆ, ਟੱਕ ਲਾਉਣੇ ਆ, ਕੱਪੜੇ ਯਾਦ ਸਿੰਘ ਕੁੰਡ ਹੈ। ਉਹ ਜਨਾਬ ਇਬਰਾਹਿਮ ਜੱਟ ਕੇ ਦਮਾਣਾ ਚੈੱਕ ਕਰਾਉਣੇ ਆ, ਇਹ ਦੇਖੋ ਜੀ ਸਰਕਾਰ ਚੋ। ਪ੍ਰੇਮ ਜੀ ਕੈਸਾ ਆ? ਬਹੁਤ ਮਿੱਠਾ। ਉਹ ਨਾਜ਼ਰੀਨ ਬੋਣਾ, ਨਾਜ਼ਰੀਨ ਸਵਾਦ ਦਾ ਕੋਈ ਲੈ ਰਿਹਾ ਹਜੇ ਤੱਕ ਹੀ ਦਿਓ, ਦਮਾਣਾ ਬੜਾ ਮਿੱਠਾ ਆ, ਬੜਾ ਖੂਬਸੂਰਤ ਹੈ, ਅਸੂਸ ਹੈ, ਲਾਲੇ ਮਾਲੇ ਬੜਾ ਮਿੱਠਾ ਆ। ਬਿਲਕੁਲ ਪੂਰਾ ਥਾਲੀ ਕੁਤਰਨੇ ਆ, ਇਹ ਪੂਰੇ ਮਹੱਲੇ ਵੰਡਣੇ ਆ।
ਧੱਕੋ ਕਟਰੇ ਨੇ ਕਸੇ ਚਮੜਾ ਇਹ ਕਿੱਦਾਂ ਆਈਆਂ ਇਹ ਕਿੱਦਾਂ ਆਈਆਂ ਆਈਆਂ ਕਿੱਦਾਂ ਆਈਆਂ ਕਿੱਦਾਂ ਧੱਕੇ ਹੁਣ ਇਹ ਧੱਕੋ ਜੀ ਧੱਕਿਆ ਇਹ ਕੱਟਣ ਆ ਗਿਆ ਬਾਕੀ ਇਹ ਧੱਕੋ ਆਪਣੇ ਚੋ ਜੀ ਦਮਾਣਾ ਖਾਈ ਕਿਹ ਤੱਕਨੇ ਹੋ ਕਿਹੜੀ ਵੀਡੀਓ ਤੱਕਨੇ ਹੋ ਆਪਣੇ ਜਾਤ ਕਦੋਂ ਚਲੀਏ ਆਹੀ ਬੜਾ ਫੋਨ ਰੱਖਿਆ ਨੇ ਇੱਕ ਆਈ ਫੋਨ ਹੈ ਜੀ ਬੜੀ ਗੱਲ ਹੈ ਛੁੱਟੀਆਂ ਹੋਈਆਂ ਕਿਤਨੀਆਂ ਸੁਹਾਨਾ ਲੱਗਦਾ ਹੈ ਠੰਡਾ ਇਲਾਕਾ ਗਰਮੀ ਹੁੰਦੀ ਹੈ ਗਰਮੀ ਕੁਛ ਲੱਗ ਰਿਹਾ ਤਪਸ਼ ਹੁੰਦੀ ਹੈ ਪਾਗਲ ਅੱਗ ਲਈ ਜਾਮ ਗਰਮੀ ਹੋਣੀ ਆਗ ਨਹੀਂ ਲੱਗ ਰਹੀ ਹੁੰਦੀ ਇਹ ਤਾਰਾ ਗਰਮੀ ਬਾਹਰ ਹੁੰਦੀ ਹੈ ਹੁਣ ਮਾਲਾ ਹੈ ਮੇਰੀ ਖੁੱਲੀ ਆ ਮੰਜੀ ਦੀ ਪੁਰਾਣੇ ਜ਼ਮਾਨੇ ਤੋਂ ਸੀ ਹੁਣ ਵੀ ਕਿਤਾਬਾਂ ਪੜ੍ਹਨੀਆਂ ਦੱਸੋ ਪਾਣੀ ਪੜ੍ਹਨੀਆਂ ਦੱਸੋ ਅੱਜ ਕੱਲ੍ਹ ਤਾਂ ਜਨਾਬ ਖੁੱਲੀਆਂ ਕੋਲ ਨਹੀਂ ਅੱਜ ਕੱਲ੍ਹ ਤਾਂ ਢਾਬਾ ਹੀ ਹੈ ਇਹ ਖੁੱਲੀ ਹੈ ਇੱਥੇ ਟੇ ਪਿਆ ਸੀ ਕਿਤੇ ਟੇ ਪਿਆ ਜੀ ਪਤਾ ਨਹੀਂ ਨਾ ਮੂੰਹ ਖੇਡ ਸਾਂ ਸਾਂ ਫਿਰ ਸਾਲ ਸਾਂ ਅੱਛਾ ਕਿਆ ਖੇਡ ਤੂੰ ਅੱਜ ਚਿੱਕਾ ਉਹ ਮੁੜਾ ਘਰ ਸੀ ਪਿਆ ਸਾਂ ਤਾਂ ਬਾਕੀ ਇਹ ਬੂਟੇ ਪੁਗਨ ਤਰਫ ਕਿਵੇਂ ਬੂਟੇ ਲੈ ਬੇ ਪਲਾਈ ਦਾ ਬੂਟਾ ਜੀ ਕਿਆ ਆਪਣੀ ਬਣਾ ਸ਼ਾ ਤੁਸੀਂ ਆਪਣੀ ਬਣਾ ਸ਼ਾ ਪਲਾਈ ਆਨੇ ਆ ਤੇ ਪਲਾਈ ਦਾ ਬੂਟਾ ਇੱਕ ਛਪਰੇ ਗਿਆ ਕਿਆ ਛਪਰੇ ਕੀ ਕਿਸੇ ਤੇ ਬਾਹ ਫਟੀ ਗਿਆ ਬਾਹ ਨਾਲ ਆਹਾਂ ਆ ਬਿਲਕੁਲ ਤਾਂ ਤੁਸੀਂ ਦੋਸਤ ਕੁੱਥੇ ਆ ਜਾ ਕੇ ਖੇਨੇ ਖੇਨੇ ਲੈ ਆ ਘਰ ਸੁਮਾਲੇ ਘਰ ਦਾ ਕਿਆ ਖੇਨੇ ਹੋਣੇ ਹੋ ਤੇਰੀ ਸ਼ੱਕਾ ਹੋਰ ਕਿਆ ਕਿਹੜੀ ਕਿਹੜੀ ਖੇਨੇ ਹੋਣੇ ਹੋ ਕਿ ਜਦ ਦਿਨ ਬਣੀ ਜਾ ਕਿਆਂ ਪਾਕਿਸਤਾਨੀ ਟੀਮ ਵੀ ਆ ਰਹੀ ਜਾਂਦੀ ਹੈ ਕਿਹ ਖੇਨੋ ਕਿਹੜਾ ਖਿਲਾੜੀ ਚੰਗਾ ਆ ਖਿਲਾੜੀ ਚੰਗਾ ਆ ਸਲਮਾਨ ਖਾਨ ਹਾਂ ਹੋਰ ਕੋਈ ਚੰਗਾ ਸਰਫਰੀਦੀ ਵੀ ਚੰਗਾ ਲੇਕਿਨ ਨਹੀਂ ਸਰਫਰੀਦੀ ਛੋੜੀ ਗਿਆ ਬਾਬਰ ਆਜ਼ਮ ਠੀਕ ਹੈ ਹਾਂ ਹਾਂ ਰਿਜ਼ਵਾਨ ਠੀਕ
ਬਾਲਿੰਗ ਕੀਪਰ ਤਾਂ ਬਾਕੀ ਕਿਆ ਬਣੇ ਹੋ ਅੰਬਰ ਅੰਬਰ ਵੀ ਠੀਕ ਸਾਰੇ ਖਿਲਾੜੀ ਠੀਕ ਨੇ ਲੇਕਿਨ ਹਾਰ ਹੀ ਜਾਣੇ ਨੇ ਕਿਆ ਕਰਨੇ ਹੋ ਜੀ ਵੀ ਕ੍ਰਿਕਟ ਆ ਦਿੱਲੀ ਮਰ ਗਿਆ ਕਿਆ ਖੇਡਣਾ ਹਾਂ ਐਵੇਂ ਤਾਂ ਬਾਕੀ ਇਹ ਕਹਾਣੀ ਕੋ ਤੂੰ ਮਕਾਨ ਆਸੋ ਮਕਾਨ ਲਈ ਤੇ ਹੁਣ ਜਿਹੜਾ ਹੋਰ ਬਾਰਿਸ਼ ਹੈ ਜੀ ਜਿਹੜਾ ਕੋਰ ਬਾਰਿਸ਼ ਹੈ ਨਾ ਅੱਛਾ ਅੱਲਾ ਦੇ ਤੂੰ ਬਾਰਿਸ਼ ਫਿਰ ਮਕਾਨ ਰਹਿ ਜਾ ਸੋ ਅੱਛਾ ਕਾਲੀਆਂ ਕਿਤਾਂ ਕਾਲੇ ਰੋਡ ਕਾਲੇ ਇਤਾਂ ਕਾਲੇ ਰੋਡ ਜਾਂ ਮੈਨੂੰ ਬੋਲਾ ਬਦਲ ਰੋਡ ਤੱਕੋ ਜੀ ਇਬਰਾਹਿਮ ਜੱਟ ਫਿਰ ਵਾਪਸ ਹੈ ਬੜੇ ਅਰਸੇ ਬਲ ਵਾਪਸੀ ਨਹੀਂ ਹੋਈ ਹੈ ਕਮ ਬੈਕ ਹੋਇਆ ਤਕਰੀਬਨ ਕਾਫੀ ਅਰਸੇ ਨੇ ਗਾਇਬ ਹੋਈ ਉਸ ਬੰਦੇ ਨੇ ਗਾਇਬ ਹੋਈ ਸੋ ਮਾਸੀ ਨੂੰ ਪੁੱਛਣ ਸੇ ਗਾਇਬ ਜਾਣੇ ਸੇ ਮਾਸੀ ਰਾਣੇ ਸੰਗੀਤ ਭੇਜ ਸਾਂ ਉਹਨਾਂ ਦਾ ਗਾਇਬ ਉਹਦੀ ਮਾਸੀ ਨੂੰ ਕਿਆ ਬਣੇ ਹੋ ਹੈ ਸੇ ਸੱਚ ਬੋਲਿਆ ਕਰੋ ਹੈ ਸੱਚ ਬੋਲਿਆ ਕਰੋ ਮਾਸੀ ਕਹਿ ਰਹੇ ਨੇ ਤਾਂ ਇਹ ਸੀ ਕਿਆ ਬਣੇ ਜਣੇ ਇਹ ਇਹ ਕਿ ਚੀਜ਼ ਆ ਇਹ ਕਿਹੜੀ ਇਹ ਸੀ ਕਿਆ ਨੇ ਆਪਣੀ ਬਣਾ ਜੇ ਆਪਣੀ ਬਣਾ ਛਾਣੇ ਆ ਗੜੀ ਅੱਛਾ ਗੜੀ ਤਾਂ ਕਿਸੇ ਬਾਰੇ ਕਿਆ ਮਲਮਾ ਦੇ ਨੇ ਉਹ ਬੰਦੇ ਕੀ ਇਸੇ ਮਲਮਾ ਦੇ ਨੇ ਆ ਮਰਜੀ ਆ ਗਾਂ ਕੀ ਇਥੇ ਬਾਹਰ ਹੋਏ ਨੇ ਪੱਠਾ ਅੱਛਾ ਪੱਠਾ ਬਾਹਰ ਹੋਏ ਫਿਰ ਮੰਡੀਆਂ ਨੇ ਜੀ ਨੇ ਉਹ ਵੱਡਾਂ ਵੱਡੀਆਂ ਖੋਲੀਆਂ ਨੇ ਅੱਛਾ ਪਰ ਦੇਸੀ ਕਿਆ ਬਾਣੇ ਉਹ ਪਰ ਦੇਸਾਂ ਨੇ ਮੈਂ ਬਾਣੇ ਆ ਗੁੱਕੀ ਦੇ ਰਿਓ ਚੰਗੀ ਰਿਓ ਬੱਚੋ ਗੱਲ ਸੰਦੀ ਤੋਂ ਹਾਂ ਤੇ ਉਸ ਟਾਲੇ ਕਾ ਆ ਇਸ ਟਾਲੇ ਕਾ ਆ ਕੀ ਇਸ ਟਾਲੇ ਕੀ ਇਹ ਟਾਲ ਜੀ ਸੁੱਕੀ ਏਸੀ ਕਿਸੇ ਹੈ ਮੈਂ ਨਾ ਬਚਖਾ ਚੁ ਲਿਆ ਨਾ ਸੁੱਕੀ ਵੀ ਚਖਾ ਚੁ ਲਿਆ ਇੱਕਦਮ ਬਣਤ ਗਈ ਮੈਂ ਜੀ ਆਠ ਖਿਆ ਰੱਖ ਲਈ ਅੱਛਾ ਉਹ ਕਾਂ ਐ ਕਾਂ ਬੈਠੇ ਯਾਰ ਹੈਰ ਕਰਾ ਇਹ ਕੀ ਥਾ ਬਈ ਅੱਛੀ ਦੇ ਕਾਪਤਾ ਇਸ ਕੀ ਆ ਬੋਲੋ ਕੀ ਕਰਨੇ ਕਹਿ ਲੋਨੇ ਥੇ ਕਹਿ ਲੋਨੇ ਜੇ ਵੋ ਕਹਿ ਲੋਨੇ ਹੈ ਉਹ ਨੰਨ ਸੀ ਨਸੀ ਕਿ ਨਸੀ ਕਾ ਗਿਆ ਜਣਾ ਜਣਾ ਇਹ ਉਹ ਪਲੇ ਬਈ ਆ ਟਾਲੀ ਪਰ ਤੇ ਤੁਸਾਂ ਆਵਾਂ ਵੀ ਕੀ ਬਾਣੇ ਹੋ ਮੈਂ ਆਵਾਂ ਵੀ ਬਾਣਾ ਆ ਗਰਮੀ ਚ ਬੱਚੋ ਦੁਬਾਰਾ ਖੋਲ ਠਹਿਰੇ ਠੱਡਾ ਤਾਂ ਕਰਵਾਉਣੀ ਗੋਸ਼ਤ ਆ ਗਈ ਮੌਸਮ ਦੇ ਜਰਾਬ ਅੱਛਾ ਕਰਵਾਉਣੀ ਬੈਡ ਵੀ ਉਹ ਸ਼ਾਲ ਸ਼ਾਲ ਦੇ ਇਹ ਬਜ਼ਾਰੋ ਆਈ ਹੈ ਬਜ਼ਾਰੋ ਇਹ ਬਜ਼ਾਰੋ ਕਿੱਥੇ ਆਈ ਹੈ ਬਾਕੀ ਇਹ ਬੂਟਾ ਸੁੱਕੀ ਗਿਆ ਇੱਥੇ ਤੁਸੀਂ ਬੰਨ ਦੇਖਿਆ ਆਪਣੀ ਮੰਝ ਬੰਨ ਦੇਖੀ ਹੈ ਇਹਦੇ ਕੋਲ ਸਾਰਾ ਸਕੇ ਉੜਿਆ ਸੀ ਇਹ ਕੋਣ ਸਮਝਾ ਰੋ ਸੀ ਕੇਂਦਰ ਜਨਮਣਾ ਕੀਤਾ ਜਾ ਮਾਰਾ ਆ ਬਾਕੀ ਉਹ ਤੇ ਬੈੜੀ ਕੋ ਨਹੀਂ ਸੁਣੀ ਕਿ ਤੂੰ ਬੈੜੀ ਉਹ ਡਰ ਕੇ ਬਦੀ ਆ ਚੋ ਮਾਈਂ ਦਿਸ ਨਹੀਂ ਹੈ ਨਾ